ਤੁਹਾਨੂੰ ਕੀ ਲੱਗਦਾ ਹੈ? ਅਸੀਂ ਸੈਲਬਸ ਹਾਂ ਤਾਂ ਸਾਨੂੰ ਕੋਈ ਗਲਤ ਚੀਜ਼ ਨਹੀਂ ਦਿੰਦਾ। ਇਸ ਕਰਕੇ ਜਦੋਂ ਵੀ ਮੈਂ ਕੋਈ ਕੀਮਤੀ ਜੁਐਲਰੀ ਖਰੀਦੀ ਹਾਂ, ਜਦੋਂ ਤੱਕ ਛੋਟੀ ਤੋਂ ਛੋਟੀ ਗੱਲ ਤੇ ਸੈਟੀਸਫਾਈ ਨਾ ਹੋ ਜਾਵਾਂ, ਉਦੋਂ ਤੱਕ ਅੱਗੇ ਨਹੀਂ ਵਧਦੀ ਹਾਂ। ਅਤੇ ਉਹ ਇਸ ਲਈ ਕਿਉਂਕਿ ਮੈਨੂੰ ਪਤਾ ਹੈ ਕਿ ਜੁਐਲਰੀ ਖਰੀਦਣ ਤੋਂ ਪਹਿਲਾਂ ਉਹਦੇ ਤੇ ਹਾਲਮਾਰਕ ਦੇ 3 ਨਿਸ਼ਾਨ ਦੇਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਪਹਿਲਾ ਹੈ BIS ਦਾ ਲੋਗੋ, ਦੂਜਾ ਸੋਨੇ ਦੀ ਸ਼ੁੱਧਤਾ ਕੈਰਟ ਵਿੱਚ, ਅਤੇ ਤੀਜਾ 6 ਡਿਜਿਟ ਅਲਫਾ ਨਿਊਮੈਰਿਕ HUID ਕੋਡ। ਤੁਸੀਂ ਵੀ ਜਾਗਰੂਕ ਬਣੋ, ਜੁਐਲਰੀ ਖਰੀਦਣ ਤੋਂ ਪਹਿਲਾਂ ਹੁਣ ਹਮੇਸ਼ਾ ਇਹ 3 ਨਿਸ਼ਾਨ ਜ਼ਰੂਰ ਦੇਖੋ। ਚੇਤੇ ਰਹੇਗਾ ਨਾ, ਹਾਲਮਾਰਕ ਦਾ ਨਿਸ਼ਾਨ ਸ਼ੁੱਧਤਾ ਦੀ ਪਛਾਣ। ਜਾਗੋ ਗਾਹਕ ਜਾਗੋ। ਗ੍ਰਾਹਕ ਜਾਗੋ ਜਾਗੋ।